ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਡੇ ਨਾਲ ਗੁਰੂ ਸਾਹਿਬ ਦੇ ਇੱਕ ਚਮਤਕਾਰ ਦੀ ਗੱਲ ਕਰਾਂਗੇ ਸ਼ਾਇਦ ਉਸ ਉੱਪਰ ਤੁਹਾਨੂੰ ਯਕੀਨ ਨਾ ਹੋਵੇ ਆਪਣੇ ਚੈਨਲ ਦੇ ਸਬਸਕ੍ਰਾਈਬ ਮਤਲਬ ਕੀ ਆਪਣਾ ਪਰਿਵਾਰ ਹੁਣ 7 ਲੱਖ ਪਾਰ ਕਰ ਗਿਆ ਹੈ ਉਸ ਲਈ ਤੁਹਾਡਾ ਸਭ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਸੰਗਤ ਜੀ ਅੱਗੇ ਵੀ ਇਦਾਂ ਹੀ ਪਿਆਰ ਦਿੰਦੇ ਰਹੋ ਸਾਧ ਸੰਗਤ ਜੀ ਵੀਡੀਓ ਨੂੰ ਲਾਈਕ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਆਓ ਤੁਹਾਡੇ ਨਾਲ ਹੁਣ ਸੱਚੀ ਕਥਾ ਸਾਂਝੀ ਕਰ ਲੈਂਦੇ ਹਾਂ ਅੱਜ ਦੀ ਇਹ ਘਟਨਾ ਅਮਰੀਕਾ ਦੇ ਵਿੱਚ ਰਹਿਣ ਵਾਲੇ ਇੱਕ ਗੁਰੂ ਸਿੱਖ ਭਾਈ ਹਰਜਿੰਦਰ ਸਿੰਘ ਜੀ ਦੀ ਹੈ ਹਰਜਿੰਦਰ ਸਿੰਘ ਜੋ ਕਿ ਹੋਤੇ ਮਰਦਾਨ ਵਾਲਿਆਂ ਦੀ ਸੰਗਤ ਕਰਦੇ ਸੀ ਤੇ ਉਹਨਾਂ ਦੇ ਪ੍ਰੇਰਣਾ ਸਦਕਾ ਹੀ ਉਹਨਾਂ ਨੇ ਉਥੋਂ ਅੰਮ੍ਰਿਤ ਪਾਨ ਕੀਤਾ ਸੀ ਅਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਦੋਂ ਉਹਨਾਂ ਨੇ ਅੰਮ੍ਰਿਤ ਛਕਿਆ ਉਹ ਹਰ ਰੋਜ਼ 33 ਮਾਲਾ ਮੂਲ ਮੰਤਰ ਦੀ ਕਰਨ ਲੱਗੇ ਲਗਾਤਾਰ ਆਪਣੀ ਜ਼ਿੰਦਗੀ ਦਾ ਨਿਤਨੇਮ ਬਣਾ ਕੇ ਉਹਨਾਂ ਨੇ 33 ਮਾਲਾ ਮੂਲ ਮੰਤਰ ਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਮਾਂ ਬੀਤਦਾ ਗਿਆ ਅਤੇ ਸਮਾਂ ਪਾ ਕੇ ਭਾਈ ਹਰਜਿੰਦਰ ਸਿੰਘ ਜੀ ਅਮਰੀਕਾ ਚਲੇ ਗਏ ਅਮਰੀਕਾ ਆ ਕੇ ਉਹਨਾਂ ਨੇ ਆਪਣਾ ਨਿਤਨੇਮ ਜਾਰੀ ਰੱਖਿਆ ਤੇ ਉਹ ਹਰ ਰੋਜ਼ ਮੂਲ ਮੰਤਰ ਦਾ ਸਿਮਰਨ ਕਰਦੇ ਰਹੇ ਹੁਣ ਭਾਈ ਹਰਜਿੰਦਰ ਸਿੰਘ ਜੀ ਨੇ ਵਾਹਿਗੁਰੂ ਦੀ ਬਹੁਤ ਕਿਰਪਾ ਹੋ ਗਈ ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਅਨੋਖੀ ਗੱਲ ਹੁੰਦੀ ਹੈ ਭਾਈ ਹਰਜਿੰਦਰ ਸਿੰਘ ਦੀ ਦੱਸਦੇ ਹਨ ਕਿ ਅਮਰੀਕਾ ਵਿੱਚ ਇੱਕ ਵਾਰ ਬਹੁਤ ਹੀ ਪਹੁੰਚੇ ਹੋਏ ਮੁਸਲਮਾਨ ਪੀਰ ਆਏ ਉਹ ਪੀਰ ਦੇ ਮਗਰ ਬਹੁਤ ਦੁਨੀਆ ਲੱਗੀ ਹੋਈ ਸੀ ਕਿਉਂਕਿ ਉਸ ਪੀਰ ਨੇ ਬਹੁਤ ਹੀ ਛਿਲੇ ਕੱਢੇ ਹੋਏ ਸਨ ਉਸ ਕੋਲ ਬਹੁਤ ਹੀ ਰੀਦੀਆਂ ਸਿੱਧੀਆਂ ਤੇ ਗੈਬੀ ਸ਼ਕਤੀਆਂ ਵੀ ਸਨ ਬਹੁਤ ਸਾਰੇ ਸਿੱਖ ਲੋਕ ਵੀ ਉਸ ਦੇ ਮਗਰ ਲੱਗੇ ਹੋਏ ਸਨ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਝੁਕਾਅ ਸ਼ਕਤੀ ਵੱਲ ਵੱਧ ਹੁੰਦਾ ਹੈ ਅਤੇ ਪਰਮਾਤਮਾ ਵੱਲ ਘੱਟ ਕਿਸੇ ਸੱਜਣ ਨੇ ਪਾਈ ਹਰਜਿੰਦਰ ਸਿੰਘ ਨੂੰ ਕਿਹਾ ਕਿ ਭਾਈ ਸਾਹਿਬ ਪੀਰ ਸਾਹਿਬ ਸਾਡੇ ਸ਼ਹਿਰ ਦੇ ਵਿੱਚ ਆਏ ਹੋਏ ਹਨ ਉਹ ਬਹੁਤ ਪਹੁੰਚੇ ਹੋਏ ਹਨ ਚਲੋ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਜਾਂਦੇ ਹਾਂ ਪਾਈ ਹਰਜਿੰਦਰ ਸਿੰਘ ਨੇ ਕਿਹਾ ਕਿ ਮੈਂ ਤਾਂ ਗੁਰੂ ਦਾ ਸਿੱਖ ਹਾਂ ਅਤੇ ਗੁਰੂ ਘਰ ਜਾ ਕੇ ਗੁਰੂ ਦੇ ਦਰਸ਼ਨਾਂ ਦੀ ਅਭਿਆਸੀ ਹਾਂ ਜਾਂ ਫਿਰ ਗੁਰੂ ਦੇ ਦਰਸ਼ਨਾਂ ਦੀ ਤਾਂਗ ਰੱਖਦਾ ਹਾਂ ਕਿਸੇ ਗੁਰੂ ਸਿੱਖ ਪਿਆਰੇ ਦੀ ਸੰਗਤ ਕਰਨਾ ਪਸੰਦ ਕਰਦਾ ਹਾਂ ਉਹ ਇੱਕ ਮੁਸਲਮਾਨ ਪੀਰ ਹੈ ਤੇ ਅਸੀਂ ਗੁਰੂ ਦੇ ਸਿੱਖ ਤੇ ਸਾਡਾ ਉਸ ਦੇ ਨਾਲ ਕੀ ਸੰਬੰਧ ਹੈ ਭਾਈ ਹਰਜਿੰਦਰ ਸਿੰਘ ਨੇ ਉਸ ਪੀਰ ਕੋਲ ਜਾਣ ਨੂੰ ਮਨਾ ਕਰ ਦਿੱਤਾ ਫਿਰ ਉਸ ਸੱਜਣ ਨੇ ਕਿਹਾ ਕਿ ਉਸ ਪੀਰ ਸਾਹਿਬ ਦੇ ਕੋਲ ਬਹੁਤ ਸਾਰੇ ਸਿੱਖ ਵੀ ਜਾਂਦੇ ਹਨ ਤੁਹਾਨੂੰ ਉੱਥੇ ਜਾਣ ਤੋਂ ਕੀ ਕੋਈ ਹਰਜ ਹੈ ਭਾਈ ਸਾਹਿਬ ਨੇ ਕਿਹਾ ਕਿ ਜਾਂਦੇ ਹੋਣਗੇ ਹੋਰ ਸਿੱਖ ਮੇਰਾ ਮਨ ਨਹੀਂ ਮੰਨਦਾ ਫੇਰ ਉਸ ਸੱਜਣੇ ਭਾਈ ਸਾਹਿਬ ਤੇ ਉਥੇ ਜਾਣ ਦਾ ਪ੍ਰੈਸ਼ਰ ਪਾਇਆ ਉਸਨੇ ਕਿਹਾ ਕਿ ਜੇਕਰ ਇੱਕ ਵਾਰੀ ਚਲੇ ਵੀ ਗਏ ਤਾਂ ਕੀ ਫਰਕ ਪੈ ਜਾਵੇਗਾ ਪੀਰ ਸਾਹਿਬ ਬਹੁਤ ਹੀ ਪੁੰਚੇ ਹੋਏ ਸਨ ਬਾਰ ਬਾਰ ਉਸ ਸੱਜਣ ਤੇ ਜ਼ੋਰ ਦੇਣ ਤੇ ਭਾਈ ਹਰਜਿੰਦਰ ਸਿੰਘ ਜੀ ਉਥੇ ਜਾਣ ਦੇ ਲਈ ਤਿਆਰ ਹੋ ਗਏ ਅਮਰੀਕਾ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਪੀਰ ਸਾਹਿਬ ਨੇ ਰਿਹائش ਕੀਤੀ ਸੀ ਉਹ ਸੱਜਣ ਭਾਈ ਹਰਜਿੰਦਰ ਸਿੰਘ ਨੂੰ ਲੈ ਕੇ ਉਹਨਾਂ ਦੀ ਰਿਹਾਸ ਤੇ ਪਹੁੰਚ ਗਿਆ ਉੱਥੇ ਜਾ ਕੇ ਦੇਖਿਆ ਕਿ ਪੀਰ ਸਾਹਿਬ ਨੇ ਆਪਣੀ ਰਿਹਾਸ ਦੇ ਉੱਤੇ ਲੰਗਰ ਚਲਾਇਆ ਹੋਇਆ ਸੀ ਜੇਕਰ ਕੋਈ ਵੀ ਆਉਂਦਾ ਸੀ ਤਾਂ ਉਸ ਨੂੰ ਲੰਗਰ ਛਕਣਾ ਪੈਂਦਾ ਸੀ ਤੇ ਫਿਰ ਪੀਰ ਸਾਹਿਬ ਦੇ ਦਰਸ਼ਨ ਹੋਣਗੇ ਬਹੁਤੇ ਲੋਕ ਇਸ ਗੱਲ ਤੇ ਘਟ ਵਿਚਾਰ ਕਰਦੇ ਹਨ ਪਾਈ ਹਰਜਿੰਦਰ ਸਿੰਘ ਨੇ ਕਿਸੇ ਸੇਵਕ ਨੂੰ ਪੁੱਛ ਲਿਆ ਕਿ ਲੰਗਰ ਦੇ ਵਿੱਚ ਕੀ ਬਣਿਆ ਹੋਇਆ ਹੈ ਤਾਂ ਕਿਸੇ ਸੇਵਕ ਨੇ ਕਿਹਾ ਕਿ ਇੱਥੇ ਕੁਠੇ ਮਾਸ ਰਿੰਨਿਆ ਹੋਇਆ ਹੈ ਭਾਈ ਸਾਹਿਬ ਨੇ ਦੇਖਿਆ ਕਿ ਉੱਥੇ ਕਈ ਸਿੱਖ ਲੋਕ ਵੀ ਇਹ ਲੰਗਰ ਛਕ ਰਹੇ ਸੀ ਕਿ ਮੈਂ ਭੁੱਖਾ ਰਹਿ ਲਵਾਂਗਾ ਪਰ ਮੈਂ ਇਹ ਖਾਣਾ ਨਹੀਂ ਖਾਵਾਂਗਾ ਫਿਰ ਜਦੋਂ ਭਾਈ ਸਾਹਿਬ ਨੇ ਇਸ ਖਾਣੇ ਨੂੰ ਖਾਣ ਤੋਂ ਮਨਾ ਕਰ ਦਿੱਤਾ ਫਿਰ ਕਿਸੇ ਸੇਵਕ ਨੇ ਅੰਦਰ ਜਾ ਕੇ ਪੀਰ ਸਾਹਿਬ ਨੂੰ ਦੱਸਿਆ ਕਿ ਬਾਹਰ ਇੱਕ ਸਿੱਖ ਆਇਆ ਹੋਇਆ ਹੈ ਅਤੇ ਉਹ ਲੰਗਰ ਛਕਣ ਤੋਂ ਮਨਾ ਕਰ ਰਿਹਾ ਹੈ ਇਸ ਤਰ੍ਹਾਂ ਮਨਾ ਕਰਨ ਦੇ ਨਾਲ ਉਸ ਪੀਰ ਦੇ ਧਰਮ ਦੀ ਬੇਸਤੀ ਸਮਝੀ ਗਈ ਜਦੋਂ ਪੀਰ ਨੂੰ ਪਤਾ ਲੱਗਿਆ ਤਾਂ ਪੀਰ ਸਾਹਿਬ ਨੇ ਪੁੱਛਿਆ ਕਿ ਕੌਣ ਹੈ ਉਹ ਅਤੇ ਕਿੱਥੇ ਹੈ ਸੇਵਕ ਨੇ ਇਸ਼ਾਰਾ ਕਰਨ ਤੇ ਪੀਰ ਸਾਹਿਬ ਨੇ ਆਪਣੇ ਕਮਰੇ ਦੇ ਵਿੱਚ ਬਾਹਰ ਛਾਤੀ ਮਾਰੀ ਅਤੇ ਉਸ ਗੁਰਸਿੱਖ ਵੱਲ ਤੱਕਿਆ ਕੁਝ ਸਮੇਂ ਬਾਅਦ ਉਹ ਫਿਰ ਆਪਣੇ ਕਮਰੇ ਦੇ ਵਿੱਚ ਬਾਹਰ ਆਉਂਦਾ ਹੈ ਉਸ ਪੀਰ ਨੇ ਦੂਰ ਖੜੇ ਹੋ ਕੇ ਜੋ ਕੋਈ ਵੀ ਉਸ ਦੇ ਕੋਲ ਸ਼ਕਤੀ ਸੀ ਉਸ ਦਾ ਪ੍ਰਯੋਗ ਕਰਕੇ ਭਾਈ ਹਰਜਿੰਦਰ ਸਿੰਘ ਜੀ ਤੇ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਭਾਈ ਹਰਜਿੰਦਰ ਸਿੰਘ ਜੀ ਦੱਸਦੇ ਹਨ ਕਿ ਜਦੋਂ ਉਹ ਪੀਰ ਨੇ ਆਪਣਾ ਮੰਤਰ ਦੀ ਸ਼ਕਤੀ ਦਾ ਪ੍ਰਯੋਗ ਕਰਕੇ ਆਪਣਾ ਪ੍ਰਯੋਗ ਮੇਰੇ ਉੱਪਰ ਪਾਉਣਾ ਚਾਹਿਆ ਤੇ ਉਹ ਫਿਰ ਉਹਨਾਂ ਵੱਲ ਤੱਕਦਾ ਹੈ ਭਾਈ ਹਰਜਿੰਦਰ ਸਿੰਘ ਜੀ ਨੂੰ ਕੁਝ ਸਮੇਂ ਪਿਛੋਂ ਇਹ ਮਹਿਸੂਸ ਹੋਣ ਲੱਗਿਆ ਕਿ ਉਹਨਾਂ ਦਾ ਸਰੀਰ ਜਕੜ ਹੋਣ ਲੱਗ ਪਿਆ ਹੈ ਭਾਈ ਸਾਹਿਬ ਸੋਚਣ ਲੱਗੇ ਕਿ ਇਹ ਕੀ ਹੋ ਰਿਹਾ ਹੈ ਕਿਉਂਕਿ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਅਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਕੌਣ ਹੈ ਤੇ ਕੌਣ ਕਰ ਰਿਹਾ ਹੈ ਭਾਈ ਸਾਹਿਬ ਨੇ ਦੱਸਿਆ ਕਿ ਉਹਨ ਉਸ ਸਮੇਂ ਉਹਨਾਂ ਦੇ ਉੱਪਰ ਗੁਰੂ ਸਾਹਿਬ ਦੀ ਰਹਿਮਤ ਕੀਤੀ ਉਹਨਾਂ ਅੰਦਰ ਲਗਾਤਾਰ ਮੂਲ ਮੰਤਰ ਦਾ ਜਾਪ ਚੱਲਣਾ ਸ਼ੁਰੂ ਹੋ ਗਿਆ ਅਤੇ ਉਸ ਸਮੇਂ ਉਹਨਾਂ ਦੀ ਸੂਰਤੀ ਮੂਲ ਮੰਤਰ ਦੇ ਨਾਲ ਜੁੜ ਗਈ ਭਾਈ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਫਿਰ ਮੂਲ ਮੰਤਰ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਫਿਰ ਬਸ 1 ਜਾਂ 2 ਮਿੰਟ ਦੀ ਗੱਲ ਸੀ ਉਸ ਪੇਰ ਦਾ ਜੋ ਵੀ ਮੰਤਰ ਦੇ ਨਾਲ ਭਾਈ ਸਾਹਿਬ ਨੂੰ ਆਪਣੇ ਵਸਦੇ ਵਿੱਚ ਕਰਨਾ ਚਾਹੁੰਦਾ ਸੀ ਉਸ ਦਾ ਮੰਤਰ ਉਲਟਾ ਹੀ ਉਸ ਦੇ ਉੱਪਰ ਪੈ ਗਿਆ ਇਸ ਤਰ੍ਹਾਂ ਉਲਟਾ ਮੰਤਰ ਪੈਣ ਦੇ ਕਾਰਨ ਪੇਰ ਨੂੰ ਅਚਾਨਕ ਇੱਕ ਚੱਕਰ ਆਇਆ ਤੇ ਉਹ ਦੂਰ ਜਾ ਕੇ ਡਿੱਗਿਆ ਅਤੇ ਉਸ ਦਾ ਸਿਰ ਕੰਧ ਦੇ ਨਾਲ ਵੱਜਿਆ ਅਤੇ ਸਿਰ ਫਟ ਗਿਆ ਉਸ ਦੇ ਸਿਰ ਦੇ ਵਿੱਚੋਂ ਲਹੂ ਨਿਕਲਦਾ ਦੇਖ ਇਹ ਸਭ ਦੇਖ ਉਸ ਦੇ ਸ਼ਰਧਾਲੂ ਬਿਲਕੁਲ ਘਬਰਾ ਗਏ ਅਤੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ ਕਿਉਂਕਿ ਇਹ ਅੰਦਰੂਨੀ ਸ਼ਕਤੀਆਂ ਦੀ ਲੜਾਈ ਚੱਲ ਰਹੀ ਸੀ ਆਖਰ ਭਾਈ ਹਰਜਿੰਦਰ ਸਿੰਘ ਜੀ ਨੇ ਮਨ ਦੇ ਵਿੱਚ ਖਿਆਲ ਆਇਆ ਕਿ ਸਾਰਿਆਂ ਦਾ ਧਿਆਨ ਹੁਣ ਉਹਨਾਂ ਦੇ ਵੱਲ ਹੈ ਕਿਉਂਕਿ ਉਹਨਾਂ ਦਾ ਪੇਰ ਉਹਨਾਂ ਦੇ ਕਹਿਣ ਤੇ ਹੀ ਬਾਹਰ ਆਇਆ ਸੀ ਉਸਨੇ ਭਾਈ ਸਾਹਿਬ ਦੇ ਉੱਪਰ ਮੰਤਰ ਚਲਾਇਆ ਸੀ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਉਸ ਦਾ ਮੰਤਰ ਉਸ ਦੇ ਉੱਤੇ ਹੀ ਉਲਟਾ ਚੱਲ ਗਿਆ ਕਿਤੇ ਉਹ ਪੀਰ ਦੇ murid ਗੁੱਸੇ ਦੇ ਵਿੱਚ ਆ ਕੇ ਉਹਨਾਂ ਨੂੰ ਨਾ ਫੜ ਲੈਣ ਇਹ ਸੋਚ ਕੇ ਭਾਈ ਹਰਜਿੰਦਰ ਸਿੰਘ ਜੀ ਉੱਥੋਂ ਚਲੇ ਗਏ ਅਤੇ ਆਪਣੇ ਘਰ ਆ ਗਏ ਪੀਰ ਸਾਹਿਬ ਨੂੰ ਚੁੱਕ ਕੇ ਹਸਪੀਟਲ ਲੈ ਜਾਇਆ ਗਿਆ ਸਿਰ ਤੇ ਟਾਂਕੇ ਲਗਾਏ ਇਹ ਕਈ ਦਿਨਾਂ ਬਾਅਦ ਉਸ ਨੂੰ ਛੁੱਟੀ ਮਿਲੀ ਜਦੋਂ ਫਿਰ ਪੀਰ ਸਾਹਿਬ ਘਰ ਵਾਪਸ ਆਏ ਤਾਂ ਉਸਨੇ ਆਪਣੇ ਕੁਝ ਖਾਸ ਸਿੱਖਾਂ ਮੁਰਿਦਾਂ ਨੂੰ ਸੱਦ ਕੇ ਕਿਹਾ ਕਿ ਉਸ ਦਿਨ ਵਾਲੇ ਗੁਰਸਿੱਖ ਨੂੰ ਬੁਲਾਓ ਉਸ ਨੂੰ ਬੁਲਾ ਕੇ ਮੇਰੇ ਕੋਲ ਲੈ ਕੇ ਆਓ ਸਾਰੇ ਬਹੁਤ ਹੈਰਾਨ ਹੋਏ ਕਿ ਇਸ ਪੀਰ ਨੂੰ ਮਿਲਣ ਦੇ ਲਈ ਲੋਕ ਤਰਸਦੇ ਹਨ ਤੇ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਪਰ ਇਹ ਪੀਰ ਗੁਰਸਿੱਖ ਨੂੰ ਖੁਦ ਮਿਲਣ ਦੇ ਲਈ ਬੁਲਾ ਰਹੇ ਹਨ ਫਿਰ ਉਹ ਭਾਈ ਸਾਹਿਬ ਦੇ ਘਰ ਗਏ ਅਤੇ ਕਹਿਣ ਲੱਗੇ ਕਿ ਪੀਰ ਸਾਹਿਬ ਤੁਹਾਨੂੰ ਯਾਦ ਕਰ ਰਹੇ ਹਨ ਤੇ ਤੁਸੀਂ ਜ਼ਰੂਰ ਚੱਲੋ ਤੇ ਭਾਈ ਸਾਹਿਬ ਨੇ ਮਨ੍ਹਾ ਕਰ ਦਿੱਤਾ ਕਿਹਾ ਕਿ ਮੈਂ ਪਹਿਲਾਂ ਇੱਕ ਵਾਰ ਜਾ ਕੇ ਗਲਤੀ ਕਰ ਚੁੱਕਿਆ ਹਾਂ ਤੇ ਮੈਂ ਹੁਣ ਦੁਬਾਰਾ ਗਲਤੀ ਨਹੀਂ ਕਰਨਾ ਚਾਹੁੰਦਾ ਉਹ ਵਾਪਸ ਫਿਰ ਪੀਰ ਸਾਹਿਬ ਦੇ ਕੋਲ ਗਏ ਅਤੇ ਕਿਹਾ ਕਿ ਉਹਨਾਂ ਉਹਨਾਂ ਨੇ ਆਉਣ ਤੋਂ ਮਨ੍ਹਾ ਕਰ ਦਿੱਤਾ ਪੀਰ ਨੇ ਕਿਹਾ ਕਿ ਜਿਵੇਂ ਮਰਜ਼ੀ ਕਰੋ ਮਿੰਤਾ ਤਰਲੇ ਕਰੋ બસ ਉਸ ਨੂੰ ਮੇਰੇ ਕੋਲ ਲੈ ਕੇ ਆਓ ਉਹ ਫਿਰ ਭਾਈ ਹਰਜਿੰਦਰ ਸਿੰਘ ਕੋਲ ਗਏ ਅਤੇ ਲੈ ਜਾਣ ਦੀ ਜੋਰ ਪਾਉਣ ਲੱਗੇ ਅਤੇ ਕਿਹਾ ਕਿ ਪੀਰ ਸਾਹਿਬ ਦਾ ਖਾਸ ਹੁਕਮ ਹੈ ਕਿ ਭਾਈ ਸਾਹਿਬ ਨੇ ਕਿਹਾ ਕਿ ਮੈਂ ਸੱਚੀ ਗੱਲ ਦੱਸਦਾ ਹਾਂ ਮੈਂ ਪਿਛਲੀ ਵਾਰ ਉੱਥੇ ਗਿਆ ਸੀ ਤਾਂ ਪੀਰ ਸਾਹਿਬ ਨੂੰ ਚੱਕਰ ਆ ਕੇ ਉਹਨਾਂ ਦਾ ਸਿਰ ਫਟ ਗਿਆ ਜੇ ਇਸ ਵਾਰ ਪੀਰ ਨੂੰ ਕੁਝ ਹੋ ਗਿਆ ਤੁਸੀਂ ਸਾਰਿਆਂ ਨੇ ਮੈਨੂੰ ਫੜ ਲੈਣਾ ਹੈ ਇਸ ਲਈ ਮੈਂ ਉੱਥੇ ਨਹੀਂ ਜਾਣਾ ਤੀਸਰੀ ਵਾਰੀ ਫਿਰ ਪੀਰ ਸਾਹਿਬ ਨੇ ਕਿਹਾ ਕਿ ਉਸ ਨੂੰ ਗਰੰਟੀ ਦਿਓ ਕਿ ਉਹਨੂੰ ਕੋਈ ਕੁਝ ਨਹੀਂ ਕਹੇਗਾ ਬਸ ਇੱਕ ਵਾਰ ਹੋ ਉਸ ਨੂੰ ਆ ਕੇ ਦਰਸ਼ਨ ਦੇ ਦਿਓ ਐਨੀ ਵਾਰ ਜ਼ੋਰ ਪਾਉਣ ਤੇ ਭਾਈ ਸਾਹਿਬ ਨੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਅਤੇ ਉਸ ਪੀਰ ਨੂੰ ਮਿਲਣ ਦੇ ਲਈ ਚਲੇ ਗਏ ਜਦੋਂ ਭਾਈ ਸਾਹਿਬ ਜੀ ਉੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਪੀਰ ਸਾਹਿਬ ਘਰ ਦੇ ਬਾਹਰ ਖੜੇ ਕੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਉੱਡੀ ਕਰ ਰਹੇ ਹਨ ਸਾਰੇ ਲੋਕ ਇਹ ਦੇਖ ਕੇ ਹੈਰਾਨ ਹੋ ਗਏ ਪੀਰ ਸਾਹਿਬ ਨੇ ਸਾਰਿਆਂ ਨੂੰ ਬਾਹਰ ਰੁਕਣ ਦੇ ਲਈ ਕਿਹਾ ਅਤੇ ਭਾਈ ਸਾਹਿਬ ਨੂੰ ਆਪਣੇ ਆਸਣ ਵਾਲੇ ਕਮਰੇ ਦੇ ਵਿੱਚ ਲੈ ਗਏ ਉਸ ਪੀਰ ਨੇ ਬਹੁਤ ਜ਼ੋਰ ਪਾਉਣ ਤੇ ਭਾਈ ਸਾਹਿਬ ਨੂੰ ਉਸ ਨੇ ਆਪਣੇ ਆਸਣ ਉੱਤੇ ਬਿਠਾਇਆ ਉਸ ਨੇ ਭਾਈ ਸਾਹਿਬ ਨੂੰ 10000 ਪਾਉਣ ਤੇ ਇੱਕ ਕੀਮਤੀ ਤ੍ਰਵਿਤੀ ਭੇਟ ਕੀਤੀ ਫਿਰ ਉਸ ਪੀਰ ਨੇ ਭਾਈ ਸਾਹਿਬ ਨੂੰ ਕਿਹਾ ਕਿ ਉਹ ਰੋਬੋਤ ਹੈਰਾਨ ਹੈ ਉਸਨੇ ਦੱਸਿਆ ਕਿ ਉਸਨੇ 18 ਛਿਲੇ ਕੱਢੇ ਹੋਏ ਹਨ ਉਸ ਕੋਲ ਹੋਰ ਵੀ ਸਾਰੀਆਂ ਰਿੱਧੀਆਂ ਸਿੱਧੀਆਂ ਹਨ ਉਸ ਦੀ ਸ਼ਕਤੀ ਦੇ ਸਾਹਮਣੇ ਕੋਈ ਵੀ ਠਿੱਕ ਨਹੀਂ ਸਕਦਾ ਉਸ ਮੰਤਰ ਦੀ ਸ਼ਕਤੀ ਨਾਲ ਹਰ ਇੱਕ ਨੂੰ ਬਸ ਦੇ ਵਿੱਚ ਕਰ ਲੈਂਦਾ ਹਾਂ ਪਰ ਇੱਕ ਤੂੰ ਹੀ ਗੁਰੂ ਦਾ ਸਿੱਖ ਹੈ ਜੋ ਉਸ ਮੰਤਰ ਦੇ ਪ੍ਰਭਾਵ ਦੇ ਵਿੱਚ ਨਹੀਂ ਆਇਆ ਸਗੋਂ ਉਸ ਦਾ ਉਲਟਾ ਵਾਰ ਮੇਰੇ ਤੇ ਹੀ ਪੈ ਗਿਆ ਪੀਰ ਸਾਹਿਬ ਨੇ ਭਾਈ ਨੂੰ ਕਿਹਾ ਕਿ ਉਹਨਾਂ ਦੇ ਕੋਲ ਕਿਹੜੀ ਸ਼ਕਤੀ ਹੈ ਭਾਈ ਸਾਹਿਬ ਨੂੰ ਕੁਝ ਵੀ ਸਮਝ ਨਾ ਲੱਗਿਆ ਉਹਨਾਂ ਨੇ ਪੀਰ ਨੂੰ ਕਿਹਾ ਕਿ ਉਹਨਾਂ ਕੋਲ ਕੋਈ ਸ਼ਕਤੀ ਜਾਂ ਛਿਲੇ ਨਹੀਂ ਹਨ ਪੀਰ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਸਭ ਕੁਝ ਆਪਣੇ ਬਾਰੇ ਦੱਸ ਦਿੱਤਾ ਹੈ ਹੁਣ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਸਭ ਕੁਝ ਉਹਨਾਂ ਨੂੰ ਦੱਸਣ ਭਾਈ ਸਾਹਿਬ ਨੇ ਕਿਹਾ ਕਿ ਗੱਲ ਹੈ ਹੀ ਨਹੀਂ ਕੋਈ ਮੈਂ ਕੀ ਦੱਸਾਂ ਕੁਝ ਵੀ ਗੁਪਤ ਨਹੀਂ ਹੈ ਪੀਰ ਤੇ ਜ਼ੋਰ ਪਾਉਣ ਤੇ ਭਾਈ ਸਾਹਿਬ ਨੇ ਕਿਹਾ ਕਿ ਇਹ ਸਭ ਕੁਝ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਸਦਕਾ ਹੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਹੀ ਹੈ ਭਾਈ ਸਾਹਿਬ ਨੇ ਪੀਰ ਨੂੰ ਦੱਸਿਆ ਕਿ ਉਹਨਾਂ ਨੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ 33 ਮਾਲਾ ਹਰ ਰੋਜ਼ ਮੂਲ ਮੰਤਰ ਦੀਆਂ ਹੋਰ ਨਾ ਬਾਣੀਆਂ ਦਾ ਨਿਤਨੇਮ ਬਣਾਇਆ ਹੋਇਆ ਹੈ ਗੁਰੂ ਦੀ ਕਿਰਪਾ ਦੇ ਨਾਲ 3 ਵਜੇ ਅੰਮ੍ਰਿਤ ਵੇਲੇ ਉੱਠ ਕੇ 8:00 ਵਜੇ ਤੱਕ ਨਿਤਨੇਮ ਕਰਕੇ ਗੁਰੂ ਘਰ ਜਾ ਕੇ ਗੁਰੂ ਦੇ ਦਰਸ਼ਨ ਕਰਦਾ ਹਾਂ ਹੋਰ ਕੋਈ ਰੀਤੀ ਸਿੱਧੀ ਜਾਂ ਹੋਰ ਕੋਈ ਮੰਤਰ ਨਹੀਂ ਕੱਢਿਆ ਹੋਇਆ ਉਸ ਸਮੇਂ ਉਸ ਪੀਰ ਨੇ ਭਾਈ ਸਾਹਿਬ ਨੂੰ ਨਮਸਕਾਰ ਕੀਤੀ ਅਤੇ ਸਜਦਾ ਕੀਤਾ ਉਸ ਪੀਰ ਨੇ ਭਾਈ ਸਾਹਿਬ ਨੂੰ ਕਿਹਾ ਕੀ ਧਨ ਹੈ ਤੁਮ ਜਿਸ ਨੇ ਆਪਣੇ ਗੁਰੂ ਦੇ ਮੂਲ ਮੰਤਰ ਦੀ ਸਾਧਨਾ ਕੀਤੀ ਪਰ ਤੇਰੇ ਅੰਦਰ ਬਹੁਤ ਹੀ ਜ਼ਿਆਦਾ ਸ਼ਕਤੀ ਹੈ ਇੰਨੀ ਜ਼ਿਆਦਾ ਸ਼ਕਤੀ ਹੈ ਕਿ ਤੇਰੇ ਅੱਗੇ ਵੱਡੇ ਵੱਡੇ ਪੀਰ ਵੀ ਝੁੱਕ ਜਾਣਗੇ ਪਰ ਇਸ ਦੇ ਬਾਵਜੂਦ ਵੀ ਤੁਸੀਂ ਇੱਕ ਸਾਦੀ ਜ਼ਿੰਦਗੀ ਬਤੀਤ ਕਰ ਰਹੇ ਹੋ ਤੁਹਾਡੇ ਉੱਤੇ ਗੁਰੂ ਸਾਹਿਬ ਦੀ ਬਹੁਤ ਹੀ ਕਿਰਪਾ ਹੈ ਭਾਈ ਸਾਹਿਬ ਚੁੱਪਚਾਪ ਉੱਠ ਕੇ ਬਾਹਰ ਆ ਗਏ ਭਾਈ ਸਾਹਿਬ ਨੇ ਦੱਸਿਆ ਕਿ 20 ਸਾਲ ਹੋ ਗਏ ਹਨ ਮੁੜ ਕੇ ਉਹ ਪਿਰ ਅਮਰੀਕਾ ਨਹੀਂ ਆਇਆ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਤੋਂ ਵਾਦ ਸ਼ੇਅਰ ਜ਼ਰੂਰ ਕਰਿਓ ਨਵੇਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ